तुसीं देख रहे हो जी अंबेडकर मिशन न्यूज़ चैनल। माछीवाड़ा साहब के नेड़े पिंड उद्धवल खुरद विखे काश्तकारां दीआं जमीनां ते जंगलात महकमा कब्जा कर रहा है। उत्थों दे लोकां ने जंगलात महकमे खिलाफ़ जम के नारेबाजी की। उन्हां दा कहना है कि असीं 40-50 सालां तों इत्थे खेती कर रहे हैं ते साडी रोजी रोटी भी इसे जमीन तों चलदी है। इस ते जदों जंगलात महकमे के अधिकारियों नाल गल कीती तां उन्हां दा की कहना तुसीं आप ही सुनो। माछीवाड़ा साहब तों सुच्चा बंगड़ दी रिपोर्ट। हाँ जी, मेरा अवतार सिंह नाम है जी मेरा। सर ये पता नहीं कौन आ, गैर पछाते बंदे सी, इन्हां नूं जाणदे जी। कल असीं घरे नहीं सी, साडे मकान दे आले दुआले इन्हां ने जाके तार लाउण लग गए जी, बुरजियां कट के जी। असर देखो सामने फसल दे विच कट रहे जी इस टाइम। हाँ जी, धान लगे जी, देखो मकान विच ही साडे सारा कुछ। तो ये कह रहे हैं भी असीं तां वी जंगलात महकमे तों, पता नहीं किहड़े महकमे तों है जी, पर जदों असीं पटवारी साहब नाल गल कीती जी, वो कहिंदे भी साडे ते कोई नोटिस गल नहीं हैगी, ना साडे कोल नोटिस आ सर, ना सानूं दस्सिया गया इस गल दा जी। तो पटवारी साहब कहिंदे पता नहीं कौन आ साडे तों नक्शा लखे दा नक्शा लै गए, पर सानूं कोई सूचना नहीं कीता, ना साडे कोई दस्सिया गया जी उन्हां नूं। किन्ने क परिवार ने जी सर? 10 परिवार हैगे है जी सर। किन्नी क जमीन आ जी सर? साडी 10 परिवारां दी हैगी 25 किले जमीन जी। हाँ जी, मकान आ रहे ने विच जिहड़े जिथे तुसीं रह रहे हो? मकान इस टाइम आ रहे है सर, 10 घरां दे आ रहे जी। सर असीं यही कहिंदे सानूं उत्थी बैठे रहण दो जी, 40-50 साल तो असीं काश्त करदे हां जी, ਉਹੀ ਸਾਡੇ ਕੋਲ ਜ਼ਮੀਨ ਆ ਜੀ, ਹੋਰ ਸਾਡੇ ਕੋਲ ਕੋਈ ਸਾਧਨ ਨਹੀਂ ਹੈਗਾ ਸਰ। ਤੁਹਾਡੇ ਕੋਲ ਕਦੋਂ ਤੋਂ ਜ਼ਮੀਨ, ਕਿੰਨੇ ਟਾਈਮ ਤੋਂ? ਸਾਡੇ ਕੋਲ ਤਾਂ ਜੀ 50 ਸਾਲ ਤੋਂ ਉੱਪਰ ਹੋ ਗਏ ਜੀ, ਸਾਡੇ ਜਨਮ ਤੋਂ ਪਹਿਲਾਂ ਬਜ਼ੁਰਗ ਕਰਦੇ ਸੀਗੇ ਜੀ, ਉਸੇ ਤਰ੍ਹਾਂ ਅਸੀਂ ਕਾਸ਼ਤ ਕਰਦੇ ਹਾਂ ਜੀ। ਮੇਰਾ ਨਾਮ ਜੀ ਹਰਪ੍ਰੀਤ ਹੈ ਜੀ। ਕੀ ਪ੍ਰੋਬਲਮ ਹੈ? ਪ੍ਰੋਬਲਮ ਜੀ ਇਹ ਘੱਟੋ ਘੱਟ ਅਸੀਂ 40 ਸਾਲ ਤੋਂ ਬੈਠੇ ਹਾਂ ਜੀ ਉਰੇ, ਅਤੇ ਹੁਣ ਪਤਾ ਨਹੀਂ ਹੈਗਾ, ਸਾਡੀ ਮਾਲਕੀ ਵਿੱਚ ਵੀ ਇਹਨਾਂ ਨੇ ਆ ਕੇ ਟੰਬੇ ਕੱਟਤੇ ਜੀ, ਉੱਥੇ ਮੋਢੀਆਂ ਲਾਤੀਆਂ ਨੇ ਪੱਕੀਆਂ। ਕੀ ਕਹਿਣਾ ਜੀ ਅਧਿਕਾਰੀ, ਕਿੱਥੋਂ ਆਏ ਨੇ? ਅਧਿਕਾਰੀ ਤਾਂ ਕੁਛ ਨਹੀਂ ਦੱਸਦੇ ਜੀ, ਪਟਵਾਰੀ ਕੋਲ ਗਏ ਹਾਂ ਅਸੀਂ, ਪਟਵਾਰੀ ਕਹਿੰਦਾ ਸਾਨੂੰ ਇਹਦੇ ਬਾਰੇ ਕੋਈ ਨੌਲੇਜ ਨਹੀਂ ਹੈਗੀ ਜੀ, ਨਾ ਸਾਨੂੰ ਕਿਸੇ ਨੇ ਪੁੱਛਿਆ ਜੀ। ਪਟਵਾਰੀ ਸਾਹਿਬ ਦਾ ਕੀ ਕਹਿਣਾ? ਪਟਵਾਰੀ ਸਾਹਿਬ ਨੇ ਕਹਿੰਦਾ ਸਾਡੇ ਕੋਈ ਨੌਲੇਜ ਨਹੀਂ ਹੈਗੀ ਸਾਡੇ ਕੋਲ ਇਹ ਚੀਜ਼ ਬਾਰੇ ਵੀ ਕਿੱਥੋਂ ਆਏ ਨੇ। ਸਾਡੇ 2 ਕਿੱਲੇ ਆਉਂਦੇ ਆ ਜੀ, ਪਿੱਛੇ ਮਾਲਕੀ ਵਾਲੇ ਆਉਂਦੇ ਨੇ ਜੀ, 2 ਕਿੱਲੇ ਸਾਡੇ ਥੱਲੇ ਵੀ ਆਉਂਦੇ ਨੇ ਜੀ, ਉਹਦੇ ਵਿੱਚ ਵੀ ਟੰਬੇ ਕੱਢੇ ਗਏ ਨੇ? ਹਾਂਜੀ ਹਾਂਜੀ, ਸਾਰੇ 'ਚ ਕੱਢੇ ਨੇ ਜੀ। ਠੀਕ ਹੈ ਜੀ, ਬਾਕੀ ਜਿਹੜੇ ਪਰਿਵਾਰ ਆ ਜੀ ਇਹਨਾਂ ਘਰਾਂ ਦੇ ਵਿੱਚ ਵੀ ਆਏ, ਤੁਹਾਡਾ ਵੀ ਘਰ ਆਇਆ? ਨਹੀਂ ਸਾਡਾ ਘਰ ਨਹੀਂ ਹੈਗਾ, ਸਾਡੀ ਜ਼ਮੀਨ ਜਮੂਨ ਆ ਜੀ, ਨਾਲ ਘਰ ਪੈਂਦੀ ਉਹ ਮਕਾਨ ਵੀ ਹੈਗਾ ਸਾਡਾ ਜੀ। ਹਾਂਜੀ ਹਾਂਜੀ ਹਾਂਜੀ। ਕੀ ਨਾਂ ਜੀ? ਭੁਪਿੰਦਰ ਕੌਰ ਆ ਜੀ ਮੇਰੇ ਨਾਲ। ਹਾਂਜੀ, ਕੀ ਕਹਿਣਾ ਚਾਹੋਗੇ? ਮੈਂ ਕਹਿਣਾ ਚਾਹੁੰਦੀ ਹਾਂ ਜੀ, ਸਾਡੀ ਮਾਲਕੀ ਜ਼ਮੀਨ 'ਚ ਵੀ ਇਹਨਾਂ ਨੇ ਬੱਲੀਆਂ ਲਾਤੀਆਂ ਜੀ, ਕੱਲ੍ਹ ਵੀ ਲਾਤੀਆਂ, ਅੱਜ ਤਾਰ ਲਾਉਣ ਲੱਗੇ ਅਤੇ ਅਸੀਂ ਰੋਕਤੀਆਂ, ਸਾਡੇ ਨਾਲ ਧੱਕਾ ਹੋ ਰਿਹਾ ਜੀ। ਕਿੰਨੀ ਜ਼ਮੀਨ ਹੈ ਤੁਹਾਡੀ? 2.5 ਕਿੱਲੇ ਨੇ ਜੀ ਸਾਡੀ, ਧੱਕਾ ਹੋ ਰਿਹਾ ਜੀ। ਆਪਣੀ ਮਾਲਕੀ ਚ ਵੀ ਲਾਤੀ, ਉਹ ਚ ਵੀ ਲਾ, ਸਾਡੇ ਕੋਲ ਗੋਦਾਵਰੀਆਂ ਨੇ ਜੀ, 50 ਸਾਲ ਤੋਂ ਅਸੀਂ ਬਾਹਰ ਰਹੇ ਹਾਂ ਜੀ। ਸਰਕਾਰ ਤੋਂ ਇਹੀ ਅਪੀਲ ਕਰਦੇ ਵੀ ਜਿਵੇਂ ਸਾਡੇ ਅਸੀਂ ਪਹਿਲਾਂ ਬਹੁਨੇ ਬੀਜਦੇ ਹਾਂ, ਅਸੀਂ ਖਾ ਕਰਦੇ, ਸਾਨੂੰ ਉਹ ਕਰੀ ਜਾਵੇ, ਧੱਕਾ ਨਾ ਹੋਵੇ ਨਾ ਸਾਡੇ ਨਾਲ। ਹਾਂਜੀ ਸਰ, ਕੀ ਨਾਂ ਤੁਹਾਡਾ? ਅਵਤਾਰ ਸਿੰਘ ਜੀ ਮੇਰਾ ਨਾਂ ਜੀ। ਹਾਂਜੀ, ਜਿਹੜਾ ਤੁਸੀਂ ਅੱਜ ਕੱਟ ਕੀਤਾ ਹੋਇਆ, ਕੀ ਮਸਲਾ ਹੈਗਾ? ਸਰ ਇਹ ਅਸੀਂ ਬਹੁਤ ਪੁਰਾਣੇ ਇਹ ਜ਼ਮੀਨ ਨੂੰ ਬਾਹਰ ਰਹੇ ਹਾਂ ਜੀ, ਕਾਸ਼ਤ ਕਰਦੇ ਹਾਂ, ਸਾਡੇ ਬਜ਼ੁਰਗ ਵੀ ਕਰਦੇ ਸੀਗੇ ਜੀ 50 ਸਾਲ ਪਹਿਲਾਂ, ਅਤੇ ਗਰਦਾਵਰੀ ਸਾਡੇ ਨਾਲ ਜੀ। ਕੱਲ੍ਹ ਕੋਈ ਪਤਾ ਨਹੀਂ ਕੌਣ ਸੀਗੇ ਜੀ, ਅਣਪਛਾਤੇ, ਅਸੀਂ ਘਰੇ ਨਹੀਂ ਸੀਗੇ ਜੀ, 40-50 ਲਿਆ ਕੇ ਨਕਲੀ ਪੁਲਿਸ ਵਾਲੇ ਉਹ ਕਬਜ਼ਾ ਕਰਨ ਲੱਗ ਗਏ ਜੀ ਸਾਡੀ ਜ਼ਮੀਨ 'ਤੇ। ਸਰ ਇਹੀ ਸਾਡੀ ਰੋਜ਼ੀ ਰੋਟੀ ਹੈ ਜੀ, ਇਹ ਤੋਂ ਹੀ ਅਸੀਂ ਖਾਂਦੇ ਕਮਾਉਂਦੇ ਹਾਂ ਜੀ। ਉਹ ਬੰਦੇ ਕੀ ਕਹਿੰਦੇ ਵੀ ਕਿਹਨਾਂ ਦੀ ਜ਼ਮੀਨ ਆ? ਸਰ ਉਹ ਕਹਿੰਦੇ ਜੀ ਇਹ ਜੰਗਲਾਤ ਮਹਿਕਮੇ ਦੀ ਜ਼ਮੀਨ ਆ, ਅਸੀਂ ਤਾਂ ਸੇਲ ਕਰਾਈਏ ਜੀ, ਅਸੀਂ ਮੁੱਲ ਲਈਏ ਜ਼ਮੀਨ ਜੀ। ਤੁਹਾਡੇ ਕੋਲ ਇਹਦੀ ਕੋਈ ਫਰਦ ਵਗੈਰਾ? ਸਰ ਸਾਡੇ ਕੋਲ ਫਰਦ ਆਏਗੀ ਜੀ, ਗਰਦਾਵਰੀਆਂ ਜੀ, ਨਵੀਂ ਫਰਜ਼ ਪਰਮਿਸ਼ਨ ਗੌਰਮੈਂਟ ਦੀ, ਅਤੇ ਸਾਡੇ ਕਾਸ਼ਤਕਾਰਾਂ ਦੇ ਨਾਂ 'ਤੇ ਜੀ ਸਾਡੇ। ਕਿੰਨੇ ਚਿਰ ਤੋਂ ਤੁਸੀਂ ਖੇਤੀ ਕਰ ਰਹੇ ਹੋ ਜੀ ਉਰੇ? ਅਸੀਂ ਉਰੇ ਜੀ 50 ਸਾਲ ਤੋਂ ਕਰ ਰਹੇ ਹਾਂ ਜੀ ਖੇਤੀ। ਕੀ ਨਾਂ ਤੁਹਾਡਾ? ਸਰਜੀਤ ਗੁਰਾ ਜੀ। ਹਾਂਜੀ, ਕੀ ਕਹਿਣਾ ਚਾਹੋਗੇ? ਮੈਂ ਤਾਂ ਇੱਥੇ ਹੀ ਬੈਠੀ ਹਾਂ ਜੀ, 4 ਨਿਆਣੇ ਚੜ੍ਹਵੀਆਂ ਵਜੇ, ਨਿਆਣਿਆਂ ਦੇ ਵੀ ਬੱਚੇ ਵਿਆਹਣ ਵਾਲੇ ਹੋ ਗਏ, ਮੈਂ ਇੱਥੇ ਮਰੀ ਹਾਂ, ਆਸਾਂ 'ਚ ਰੋਟੀ ਵੀ ਨਹੀਂ ਜੁੜੀ, ਚੁੱਪਚਾਪ ਬਹਿਣ 'ਚ ਰੋਟੀ ਨਹੀਂ ਹੋਈ, ਜਦ ਕਿੱਥੇ ਤੇ ਵੀ ਲਾ ਤੇਰੇ ਕਦੇ ਨਹੀਂ ਆਇਆ ਕੋਈ, ਮਾਇਆ ਬਾਹੁੰਦੀਆਂ ਜੀ, ਮੇਰੇ ਜਵਾਕ ਹੁਣ ਜਵਾਨ ਹੋ ਗਏ, ਮੇਰੇ ਜਵਾਕ ਬਾਹੁੰਦੇ ਆ। ਮਤਲਬ ਸਰਕਾਰ ਤੋਂ ਕੀ ਅਪੀਲ ਕਰਦੇ ਹੋ ਤੁਸੀਂ, ਕੀ ਚਾਹੁੰਦੇ ਹੋ? ਇਹ ਚਾਹੁੰਦੇ ਹੋ ਜੀ, ਅਸੀਂ ਤਾਂ ਅੱਛੀ ਰੋਟੀ ਖਾਂਦੇ ਹਾਂ ਜੀ। ਕਿੰਨੇ ਚਿਰ ਤੋਂ ਮਾਤਾ ਜੀ ਉਰੇ ਤੁਸੀਂ ਬੈਠੇ ਹੋ? ਮੈਂ 50 ਸਾਲ ਦੀ ਬੈਠੀ ਹਾਂ, ਹੜ੍ਹ ਆਏ ਤੇ
पानी च बैठी रही हैं। आ मुंडा गोदी था मेरा छोटा जा, दो कुड़ियां दो मुंडे, मैं तो इन्नी उम्र लंघ गई जद्दी बैठी हैं, जद्दी बाउंडी बीज रही हैं, मैं तो आप कहीं ला के नके छड़ दी थी। ਮਲਜੀਤ ਕੌਰ ਜੀ, ਹਾਂਜੀ ਕੀ ਕਹਿਣਾ ਚਾਹੋਗੇ? ਵੀਰ ਜੀ ਮੈਂ ਇਹ ਕਹਿ ਰਹੀ ਹਾਂ ਵੀ ਕੱਲ੍ਹ ਸਾਡੇ ਘਰ ਦੇ ਵੀ ਘਰੇ ਨਹੀਂ ਸੀ, ਜੇ ਰਾਤ ਮਹਿਕਮ ਨੇ ਸਾਡੇ ਨਾਲ ਧੱਕਾ ਕੀਤਾ, ਨਾ ਕੋਈ ਬੱਚਾ ਸੀ, ਸਾਰੇ ਅਸੀਂ ਆਪਣੇ ਅੰਦਰ ਬੈਠੇ ਸੀ ਲੇਡੀਜ਼, ਅਸੀਂ ਪੰਜ ਭਰਾ ਸਾਰੇ ਅੰਦਰ ਬੈਠੇ ਸੀ, ਹੁਣ ਤੱਕ ਅਸੀਂ ਇਹ ਖਾ ਰਹੇ ਹਾਂ, ਜ਼ਮੀਨ ਤੋਂ ਹੀ ਖਾ ਰਹੇ ਹਾਂ ਅਸੀਂ। ਪਹਿਲਾਂ ਹੜਾਂ ਦਾ, ਪਹਿਲਾਂ ਹੜਾਂ ਦੀ ਮਾਰੂ ਦੀ ਜ਼ਮੀਨ ਨੇ ਸਾਨੂੰ ਉਹ ਧੱਕਾ ਕੀਤਾ, ਇਹਨਾਂ ਨੇ ਕਰਜ਼ਾ ਚੜਾਇਆ ਹੋਇਆ ਸੀ, ਅਸੀਂ ਉਹ ਕਿੱਥੇ ਲਾਉਣਾ ਹੈ, ਸਾਨੂੰ ਸਾਰੇ ਅੰਦਰ ਧੱਕਾ ਕਰ ਰਹੇ ਆ। ਜੰਗਲਾਤ ਮਹਿਕਮ ਲੈ ਕੇ ਨਾ ਸਾਡੇ ਸਰਪੰਚ ਨੂੰ ਕੋਈ ਖਬਰ ਸੀਗੀ, ਨਾ ਸਾਡੇ ਚਾਰੇ ਪੰਜ ਭਰਾਵਾਂ ਨੂੰ ਸੀ, ਨਾ ਸਾਡੇ ਬੱਚਿਆਂ ਨੂੰ ਕਿਸੇ ਨੂੰ ਖਬਰ ਸੀ। ਇਹਨਾਂ ਨੇ ਸਾਡੇ ਨਾਲ ਧੱਕਾ ਕੀਤਾ, ਅਸੀਂ ਅਪੀਲ ਕਰਦੇ ਹਾਂ ਸਰਕਾਰ ਅੱਗੇ ਵੀ ਸਾਡੀ ਜ਼ਮੀਨ ਸਾਨੂੰ ਦਿੱਤੀ ਜਾਵੇ ਵਾਪਸ। ਅਮਰਜੀਤ ਸਿੰਘ, ਸਨ ਭਵਿੰਦਰ ਸਿੰਘ, ਹਾਂਜੀ ਕੀ ਕਹਿਣਾ ਚਾਹੋਗੇ? ਕਹਿਣਾ ਚਾਹਿਆ ਜੀ, ਮੈਂ ਇਸ ਜ਼ਮੀਨ ਦਾ 40 ਸਾਲ ਤੋਂ ਕਾਸ਼ਤਕਾਰ ਹਾਂ ਜੀ। ਸਾਡੇ ਮਾਂ ਬਾਪ ਪਹਿਲਾਂ ਬਾਹਰ ਰਹੇ ਸੀਗੇ ਜੀ, ਮਾਂ ਬਾਪ ਤੋਂ ਬਾਅਦ ਸਾਨੂੰ ਨਹੀਂ ਪਤਾ ਜੀ ਇਹ ਕੀ ਆ ਕੀ ਨਹੀਂ ਜੀ। ਸਾਡਾ ਪਾਲਣ ਪੋਸ਼ਣ ਇਸੇ ਜ਼ਮੀਨ 'ਚ ਸ਼ੁਰੂ ਹੋਇਆ ਤਾ ਜੀ, ਅਤੇ ਇਹ ਜੰਗਲਾਤ ਮਹਿਕਮਾ ਜੋ ਕਾਰੋਬਾਰ ਕਰ ਰਿਹਾ ਹੈ ਸ਼ਰੋ ਸ਼ਰ ਧੱਕਾ ਆ। ਸਾਨੂੰ ਇਸ ਬਾਰੇ ਕੋਈ ਨੋਸ਼ਟ ਨਹੀਂ ਹੈਗਾ ਵੀ ਕੀ ਇਹ ਕਿਹਦੇ ਅੰਡਰ 'ਚ ਲੈ ਕੇ ਇਹ ਕਰਨ ਲੱਗੇ ਆ ਜੀ। ਜਦੋਂ ਅਸੀਂ ਪਟਵਾਰੀ ਸਾਹਿਬ ਕੋਲ ਗਏ ਤਾਂ ਜਾਂ ਪਟਵਾਰੀ ਸਾਹਿਬ ਨੇ ਸਾਨੂੰ ਇਹ ਕਿਹਾ ਵੀ ਮੇਰੇ ਨੋਸ਼ਟ 'ਚ ਕੋਈ ਗੱਲਬਾਤ ਨਹੀਂ, ਨਾ ਕੋਈ ਇਹ ਮਹਿਕਮੇ ਦਾ ਬੰਦਾ ਜੀ। ਇਹ ਜਿਹੜੀ ਸਰਕਾਰ ਧੱਕਾ ਕਰਾ ਰਹੀ ਆ ਇਹ ਸਾਨੂੰ ਬਰਦਾਸ਼ਤ ਨਹੀਂ ਹੋ ਸਕਦੀ ਇਹ ਗੱਲਾਂ ਜੀ। ਦੇਖੋ ਜੀ, ਇਸ ਸਰਕਾਰ ਤੋਂ ਇਹੀ ਅਪੀਲ ਕਰ ਸਕਦੇ ਹਾਂ ਵੀ ਇਹ ਸਾਡੇ ਨਾਲ ਧੱਕਾ ਹੋ ਰਿਹਾ ਜੀ, ਇਹ ਸਾਡੀ ਹੱਕ ਦਾ ਹੱਕ ਜਿਹੜੀ ਆ ਸਾਨੂੰ ਮਿਲਣਾ ਚਾਹੀਦਾ ਜੀ। ਇਹ ਸਾਡੇ ਜਿਹੜਾ ਪਰਿਵਾਰ ਆ, 4 ਭਰਾ 5 ਭਰਾ ਅਸੀਂ ਇੱਥੇ ਬੈਠੇ ਹਾਂ, ਆਪਣੇ ਇਸੇ ਜ਼ਮੀਨ 'ਤੇ ਸਾਡਾ ਪਾਲਣ ਪੋਸ਼ਣ ਹੋ ਰਿਹਾ ਜੀ, ਅਤੇ ਡੰਗਰ ਪਸ਼ੂ ਅਸੀਂ ਕਿੱਥੇ ਲਿਜਾਣੇ ਆ ਜੀ, ਕਿੱਥੇ ਅਸੀਂ ਘਰ ਪਾਵਾਂਗੇ ਲਾਇਆ ਕੇ। ਹਾਂਜੀ ਸਰ, ਕੀ ਨਾਮ ਤੁਹਾਡਾ? ਜਸਵੀਰ ਸਿੰਘ ਆ ਜੀ। ਹਾਂਜੀ, ਕਿਹੜਾ ਮਹਿਕਮਾ ਜੀ? ਅਤੇ ਫੋਰੈਸਟ ਡਿਪਾਰਟਮੈਂਟ ਜੀ, ਜੰਗਲਾਤ ਮਹਿਕਮਾ। ਸਰ ਅੱਜ ਤੁਸੀਂ ਆਏ ਸੀਗੇ ਕਬਜ਼ੇ ਲਈ, ਕੀ ਕਹਿਣਾ ਚਾਹੋਗੇ ਤੁਸੀਂ? ਅੱਜ ਨਹੀਂ, ਅਸੀਂ ਆਏ ਐਕਚੁਲੀ ਕੱਲ੍ਹ ਆਏ ਸੀ, ਨਾਲ ਸੀਨੀਅਰ ਅਫਸਰ ਵੀ ਸੀਗੇ। ਹਾਂਜੀ, ਅਤੇ ਬਕਾਇਦਾ ਰਿਕਾਰਡ ਦੇ ਮੁਤਾਬਕ ਨਾ 1971 ਤੋਂ ਜਿਹੜੀ ਇਹ ਪ੍ਰੋਪਰਟੀ ਡਿਪਾਰਟਮੈਂਟ ਦੀ ਸੇਲ ਲੀਡ ਰਾਹੀਂ ਡਿਪਾਰਟਮੈਂਟ ਕੋਲ ਆ, ਅਤੇ ਜਿਹੜੀ ਇੰਕਰੋਚਮੈਂਟ ਦੇ ਵਿੱਚ ਅੰਡਰ ਸੀਗੀ। ਹਾਂਜੀ, ਅਤੇ ਆਫੀਸਰ ਲਾਈਨ ਤੋਂ ਮਿਲੀਆਂ ਗਾਈਡਲਾਈਨਾਂ ਨਾਲ ਫਿਰ ਇਹਨਾਂ ਨੂੰ ਡਿਮਾਰਕੇਸ਼ਨ ਜਿਹੜੀ ਸੈਟੇਲਾਈਟ ਰਾਹੀਂ ਹੋ ਸਕਦੀ ਸੀ ਜਿਹੜੀ ਉਹ ਕੀਤੀ ਗਈ ਆ ਕੱਲ੍ਹ, ਅਤੇ ਇਸ ਕਰਕੇ ਇਹਦੇ ਉੱਤੇ ਹੁਣ ਉਹ ਜਿਹੜੀ ਬੱਲੀਆਂ ਲਾ ਕੇ ਅਤੇ ਇਹਨੂੰ ਪਲਾਂਟੇਸ਼ਨ ਦੇ ਪਰਪਜ਼ ਲਈ ਆਪਾਂ ਯੂਜ਼ ਕਰ ਰਹੇ ਹਾਂ। ਜਿਹੜੇ ਕਾਸ਼ਤਕਾਰ ਬੈਠੇ ਨੇ ਜੀ ਕਈ ਸਾਲਾਂ ਤੋਂ, ਵੀ ਤੁਸੀਂ ਉਹਨਾਂ ਦੀ ਵੀ ਜ਼ਮੀਨ ਵਿੱਚ ਲੈ ਰਹੇ ਹੋ, ਕੀ ਕਹਿਣਾ ਜੀ? ਦੇਖੋ ਕਾਸ਼ਤਕਾਰ ਸਰ, ਜੇ 71 ਦੀ ਹੁਣ ਜ਼ਮੀਨ ਹੈਗੀ ਹੈ ਤਾਂ ਕਾਸ਼ਤਕਾਰ ਤਾਂ ਹੁੰਦੇ ਹੀ ਨੇ, ਉਹਨਾਂ ਦਾ ਵੀ ਜੋ ਹੈਗਾ ਵਾ ਡਿਪਾਰਟਮੈਂਟ ਨਾਲ ਇਸ਼ੂ ਸਾਂਝੇ ਤੌਰ 'ਤੇ, ਜਿਹੜਾ ਉਹਦਾ ਕੋਈ ਅਲੱਗ ਸਲਿਊਸ਼ਨ ਹੋ ਸਕਦਾ ਹੋਵੇ ਮੈਂ ਨਹੀਂ ਕਹਿੰਦਾ। ਸਾਡੀ ਤਾਂ ਜਿਹੜੀ ਮਾਲਕੀ ਆ, ਹਾਂਜੀ ਅਸੀਂ ਗਈ ਆ। ਅੱਛਾ, ਉਹਦੇ ਲਈ ਜੀ ਅਸੀਂ ਕੋਈ ਅਸੀਂ ਮਤਲਬ ਇਹਦੇ ਲਈ ਧੱਕਾ ਨਹੀਂ ਗਾ, ਉਹ ਆਪਣੇ ਡਾਕੂਮੈਂਟ ਪੇਸ਼ ਕਰ ਰਹੇ ਹਾਂ, ਅਸੀਂ ਆਪਦੇ ਸੇਲ ਡੀਡ 'ਚ ਦਿੱਤੇ ਖਸਰਾ ਨੰਬਰਾਂ ਮੁਤਾਬਕ ਇਹਨੂੰ ਮਾਰਕ ਕਰ ਲਿਆ, ਉਹਨਾਂ ਕੋਲ ਅਲੱਗ ਰਾਈਟ ਹੈ, ਤਾਂ ਉਹ ਜੇ ਉਹ ਆਪਾਂ ਨੂੰ ਤਸੱਲੀ ਕਰਵਾ ਦਿੰਦੇ ਆ ਡਿਪਾਰਟਮੈਂਟ ਦੀ ਦੇ ਸਾਂਝੇ ਤੌਰ 'ਤੇ, ਤਾਂ ਉਹ ਉਹਨਾਂ ਨੂੰ ਫਿਰ ਉਹਦੇ ਵਿੱਚ ਕੋਈ ਉਹਦੇ ਧੱਕਾ ਨਹੀਂ ਗਾ। ਉਹ ਮੌਜੂਦਾ ਅਧਿਕਾਰੀ ਲੋਕਲ ਕਾਨਗੁਰ ਸਾਹਿਬ ਪਟਵਾਰੀ ਸਾਹਿਬ ਆਏ ਇਸ ਟਾਈਮ ਨਾਲ ਤੁਹਾਡੇ? ਨਹੀਂ, ਇਸ ਟਾਈਮ ਨਹੀਂ ਆਏ ਜੀ, ਪਰ ਜਿਹੜੀ ਸਾਡੀ ਡਿਮਾਰਕੇਸ਼ਨ, ਇੱਕ ਡਿਪਾਰਟਮੈਂਟ ਦਾ ਵੀ ਸੈੱਲ ਸਾਡਾ ਹੈਗਾ ਵਾ, ਟੀਮ ਹੈ ਜਿਹੜੀ, ਇਹ ਮਸ਼ੀਨ ਆ ਸੈਟੇਲਾਈਟ ਆ, ਅਤੇ ਉਹ ਬਕਾਇਦਾ ਔਰ ਜਿਹੜਾ ਰੈਵਨਿਊ ਡਿਪਾਰਟਮੈਂਟ ਦਾ ਹੀ ਰਿਕਾਰਡ ਲੈ ਕੇ ਅਤੇ ਇਹ ਉਹ ਜਿਹੜੀ ਟੀਮ ਵੱਲੋਂ ਕੀਤਾ ਗਿਆ ਵਾ। ਸਰ ਇਹਨਾਂ ਨੂੰ ਅਸੀਂ ਵੀ ਜਾਣੀ ਕਿ ਮੈਂ ਟੈਕਨੀਕਲ ਤੌਰ 'ਤੇ ਕਹਿ ਦਈਏ ਬਈ, ਸਰ ਕੋਈ ਨੋਟਿਸ ਦਿੱਤਾ ਸੀ ਪਹਿਲਾਂ ਇਹਨਾਂ ਨੂੰ ਕਿ ਨਹੀਂ? ਨੋਟਿਸ ਤਾਂ ਜੀ ਜੇ ਕੋਈ ਮਤਲਬ ਉਹਨੂੰ ਦੇ ਸਕਦੇ ਹਾਂ ਵੀ ਜੇ ਕੋਈ ਹੋਵੇ, ਜਿਹੜਾ ਅਸੀਂ ਖੁਦ ਮਾਲਕ ਹੋ ਕੇ ਤਾਂ ਫਿਰ ਉੱਥੇ ਆਏ ਹਾਂ, ਅਤੇ ਮੁੜ ਕੇ ਇਹ ਮੌਕੇ 'ਤੇ ਵੀ ਸੀਗੇ, ਕੋਈ ਕਿਸੇ ਨਾਲ ਧੱਕਾ ਨਹੀਂ ਹੋਇਆ, ਜਾਂ ਜਿੱਥੇ ਕਿਸੇ ਨੂੰ ਲੱਗਿਆ ਵਾ ਇਤਰਾਜ਼ ਹੈ ਤਾਂ ਉਹ ਚੀਜ਼ ਉੱਥੇ ਰੋਕੀ ਆ, ਅਤੇ ਹੁਣ ਇਹਨਾਂ ਦੀ ਤਸੱਲੀ ਹੋਣੀ ਆ, ਹਜੇ ਉਹ ਕਰਵਾਵਾਂਗੇ। ਠੀਕ ਹੈ ਨਾ ਜੀ।